ਟੋਸਟ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਆਲੂ ਚਾਹੀਦੇ ਆ। ਮੈਂ ਆਲੂਆਂ ਨੂੰ ਬੋਇਲ ਕਰ ਲਿਆ ਵਾ ਤੇ ਇਹਨੂੰ ਆਪਾਂ ਹੁਣ ਗ੍ਰੇਟ ਕਰਾਂਗੇ। ਸਾਰੇ ਆਲੂ ਨੂੰ ਇਸ ਤਰ੍ਹਾਂ ਕਰਨਾ। ਸਭ ਤੋਂ ਪਹਿਲਾਂ ਹੁਣ ਆਪਾਂ ਤੇਲ ਪਾਵਾਂਗੇ ਇੱਕ ਕੜਛੀ। ਹੁਣ ਜਿੰਜਰ ਗਾਰਲਿਕ ਪੇਸਟ ਪਾਵਾਂਗੇ 1 ਸਪੂਨ। ਹੁਣ ਆਪਾਂ ਮਸਾਲੇ ਐਡ ਕਰਾਂਗੇ। ਨਮਕ, ਲਾਲ ਮਿਰਚ, ਕਾਲਾ ਨਮਕ, ਜੀਰਾ ਪਾਊਡਰ 1/2 ਟੇਬਲ ਸਪੂਨ, ਅਮਚੂਰ ਇਹ ਵੀ 1/2 ਟੇਬਲ ਸਪੂਨ, ਗਰਮ ਮਸਾਲਾ 1/2 ਟੇਬਲ ਸਪੂਨ, ਕਸੂਰੀ ਮੇਥੀ, ਧਨੀਆ। ਮਸਾਲਿਆਂ ਨੂੰ ਆਪਾਂ 10 ਸੈਕਿੰਡ ਭੁੰਨਾਂਗੇ। ਹੁਣ ਫਰੋਜ਼ਨ ਮਟਰ ਐਡ ਕਰਾਂਗੇ। ਦੋ ਮਿੰਟ ਮਟਰਾਂ ਨੂੰ ਭੁੰਨਣ ਤੋਂ ਬਾਅਦ ਹੁਣ ਆਪਾਂ ਆਲੂ ਐਡ ਕਰਾਂਗੇ ਇਹਦੇ ਵਿੱਚ। ਆਲੂਆਂ ਨੂੰ ਮਿਕਸ ਕਰ ਲਾਂਗੇ ਹੁਣ ਆਪਾਂ। ਹੁਣ ਗੈਸ ਦਾ ਫਲੇਮ ਆਪਾਂ ਬੰਦ ਕਰ ਦਾਂਗੇ। ਹੁਣ ਆਲੂਆਂ ਨੂੰ ਆਪਾਂ ਬਾਹਰ ਕੱਢ ਲਾਂਗੇ। ਹੁਣ ਆਪਾਂ ਬ੍ਰੈਡ ਤੇ ਇੱਕ ਸਾਈਡ ਗ੍ਰੀਨ ਸੌਸ ਤੇ ਇੱਕ ਸਾਈਡ ਰੈੱਡ ਸੌਸ ਲਗਾਵਾਂਗੇ। ਹੁਣ ਆਪਾਂ ਗ੍ਰੀਨ ਵਾਲੀ ਸਾਈਡ ਆਲੂ ਲਗਾਵਾਂਗੇ। ਆਲੂ ਆਪਾਂ ਥੋੜ੍ਹਾ ਜਿਹਾ ਪਤਲੇ ਹੀ ਲਗਾਵਾਂਗੇ। ਜੇ ਆਪਾਂ ਆਲੂ ਜ਼ਿਆਦਾ ਲਗਾਵਾਂਗੇ ਤਾਂ ਟੋਸਟ ਆਪਣੇ ਤੇਲ ਜ਼ਿਆਦਾ ਪੀ ਲੈਣਗੇ, ਇਸ ਲਈ ਆਪਾਂ ਥੋੜ੍ਹੇ ਹੀ ਲਗਾਵਾਂਗੇ। ਹਾਂ ਦੇਖੋ ਮੈਂ ਕਿੰਨੀ ਪਤਲੀ ਲੇਅਰ ਲਾਈ ਜਾਂਦੀ ਸੀ। ਹੁਣ ਆਪਾਂ ਰੈੱਡ ਸੌਸ ਵਾਲੀ ਬ੍ਰੈੱਡ ਉੱਪਰ ਰੱਖਾਂਗੇ। ਹੁਣ ਆਪਾਂ ਬ੍ਰੈੱਡ ਨੂੰ 2 ਪਾਰਟਸ ਕੱਟਾਂਗੇ। ਮੈਂ 2 ਕੋਲੀਆਂ ਬੇਸਣ ਲਿਆ ਵਾ ਅਤੇ ਪਾਣੀ ਰੂਮ ਟੈਂਪਰੇਚਰ ਅਕੋਰਡਿੰਗ ਲਿਆ ਵਾ ਅਤੇ ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਅਤੇ ਇਹਨੂੰ ਮਿਕਸ ਕਰ ਲੈਣਾ ਆਪਾਂ। ਆਪਣਾ ਬੇਸਣ ਹੁਣ ਮਿਕਸ ਹੋ ਗਿਆ ਵਾ, ਦੇਖੋ ਇੱਦਾਂ ਦਾ ਰੈਡੀ ਹੋ ਗਿਆ। ਹੁਣ ਇਹਨੂੰ ਆਪਾਂ 10 ਮਿੰਟ ਤੱਕ ਇੱਦਾਂ ਹੀ ਰੱਖ ਲਾਂਗੇ। 10 ਮਿੰਟ ਬਾਅਦ ਦੇਖੋ ਆਪਣਾ ਬੇਸਣ ਕਿੰਨਾ ਗਾੜਾ ਹੋ ਗਿਆ। ਆਪਾਂ ਇਹਦੇ ਵਿੱਚ ਹੁਣ ਥੋੜ੍ਹਾ ਜਿਹਾ ਪਾਣੀ ਪਾਵਾਂਗੇ ਅਤੇ ਇਹਨੂੰ ਮਿਲਾ ਲਾਂਗੇ। ਆਪਾਂ ਦੇਖੋ ਬੇਸਣ ਇੰਨਾ ਗਾੜਾ ਰੱਖ ਲੈਣਾ। ਤੇਲ ਹੁਣ ਗਰਮ ਕਰ ਲਿਆ। ਹੁਣ ਬੇਸਣ ਲਗਾਵਾਂਗੇ ਬ੍ਰੈਡ 'ਤੇ। ਹੁਣ ਫਰਾਈ ਕਰ ਲਾਂਗੇ। ਫਲੇਮ ਆਪਾਂ ਮੀਡੀਅਮ ਰੱਖਣਾ। ਟੋਸਟਰ ਨੂੰ ਆਪਾਂ ਗੋਲਡਨ ਬਰਾਊਨ ਹੋਣ ਤੱਕ ਫਰਾਈ ਕਰਨਾ ਵਾ।
ਹੁਣ ਆਪਾਂ ਟੋਸਟਾਂ ਨੂੰ ਬਾਹਰ ਕੱਢਾਂਗੇ।